ਸਤਿ ਸ਼੍ਰੀ ਅਕਾਲ ਜੀ। C5 ਪੰਥ ਖਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਚਰਨਜੀਤ ਸਿੰਘ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਅਤਿੰਦਰਪਾਲ ਸਿੰਘ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਿੰਘ ਬਾਬੂ। ਮੁੱਦਾ ਹਰ ਰੋਜ਼ ਇੱਕ ਗੰਭੀਰ ਤੋਂ ਗੰਭੀਰ ਉੱਠ ਕੇ ਸਾਹਮਣੇ ਆ ਰਿਹਾ ਹੈ। ਮਾਮਲਾ ਇਹ ਹੈ ਕਿ ਕੁਝ ਸ਼ਖਸੀਅਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਅਪਰੋਚ ਕਰਕੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਉਹਦੇ ਵਿੱਚ ਇੱਕ ਖਾੜਕੂ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਏ ਜਾਣ ਨੂੰ ਲੈ ਕੇ ਆਪਣਾ ਇਤਰਾਜ਼ ਪ੍ਰਗਟ ਕੀਤਾ। ਇਹ ਮਾਮਲਾ ਇਸ ਕਰਕੇ ਵੀ ਗੰਭੀਰ ਹੈ ਕਿ ਸਿੱਖ ਸੰਘਰਸ਼ ਤਕਰੀਬਨ ਜਿਹੜਾ ਹੈਗਾ 40-45 ਸਾਲ ਦਾ ਹੈਗਾ। ਇਹਦੇ ਵਿੱਚ ਅਨੇਕਾਂ ਸ਼ਹੀਦ ਹੋਏ, ਅਨੇਕਾਂ ਪੁਲਿਸ ਨੇ ਘਰੋਂ ਕੱਢ ਕੇ ਮਾਰੇ, ਝੂਠੇ ਪੁਲਿਸ ਮੁਕਾਬਲੇ ਵੀ ਬਣੇ, ਕਈ ਵੀਰਾਂ ਦੇ ਨਾਂ ਦੇ ਉੱਤੇ ਕਈ ਕਈ ਕਿਸਮ ਦੀਆਂ ਕਹਾਣੀਆਂ ਵੀ ਜੁੜ ਗਈਆਂ। ਕੋਈ ਸਰਕਾਰੀ ਤੰਤਰ ਦਾ ਵੀ ਰੋਲ ਹੈ ਅਤੇ ਕੁਝ ਆਪਣੇ ਵੀਰਾਂ ਦਾ ਵੀ ਰੋਲ ਹੈ। ਤੁਸੀਂ ਚੂੰਕਿ ਸੰਘਰਸ਼ ਦਾ ਇੱਕ ਮਹੱਤਵਪੂਰਨ ਭਾਗ ਵੀ ਰਹੇ ਹੋ, ਇਸ ਭਰਾਵਾਂ ਦੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਸਰਦਾਰ ਚਰਨਜੀਤ ਸਿੰਘ ਜੀ, ਜਿਸ ਵੇਲੇ ਸਿੱਖ ਸੰਘਰਸ਼, ਤੁਸੀਂ ਹੁਣ ਦੇਖੋ ਸਰਗਰਮ ਸੰਘਰਸ਼ ਦੀ, ਜੇ ਅਸੀਂ ਵਰਤਮਾਨ ਆਪਣੇ ਜੀਵਨ ਕਾਲ ਦੇ ਸਰਗਰਮ ਸੰਘਰਸ਼ ਦੀ ਗੱਲ ਕਰੀਏ ਤੇ 1978 ਤੋਂ ਲੈ ਕੇ ਅੱਜ 1924 ਆ ਗਿਆ ਜੀ, ਠੀਕ ਹੈ ਨਾ। ਲਗਭਗ ਤੁਸੀਂ ਲਾ ਲਓ 46-47 ਹੋ ਗਏ, ਮਤਲਬ ਅੱਧੀ ਸਦੀ ਹੋ ਗਈ ਲਗਭਗ। ਮੈਂ ਕਹਿ ਰਿਹਾ 46-47 ਸਾਲ ਵਿੱਚ ਅਸੀਂ ਪਹੁੰਚ ਗਏ ਹਾਂ, ਅੱਧੀ ਸਦੀ ਲੰਘ, ਅਸੀਂ ਇਸ ਸੰਘਰਸ਼ ਨੂੰ ਆਪਣੇ ਪਿੰਡੇ ਤੇ ਹੰਡਾਇਆ, ਇਸ ਸੰਘਰਸ਼ ਦਾ ਹਿੱਸਾ ਰਹੇ ਹਾਂ। ਇਸ ਸੰਘਰਸ਼ ਨੂੰ ਅਸੀਂ ਆਪੋ ਆਪਣੀ ਸਰਗਰਮ ਭੂਮਿਕਾ ਨਾਲ ਲਿਖਿਆ, ਠੀਕ ਹੈ ਨਾ। ਉਹ ਹੁਣ ਸਹੀ ਲਿਖਿਆ, ਗਲਤ ਲਿਖਿਆ, ਸਹੀ ਕੀਤਾ, ਗਲਤ ਕੀਤਾ, 50 ਸਾਲ ਅੱਧੀ ਸਦੀ ਦਾ ਸੰਘਰਸ਼ ਤਾਂ ਪੁਣ ਛਾਣ ਹੋ ਜਾਣਾ ਚਾਹੀਦਾ ਸੀ ਸਾਡੇ ਜੀਵਨ ਕਾਲ ਵਿੱਚ ਹੀ। ਮੇਰੀ ਇਹ ਸੋਚ ਹੈ, ਮੇਰੀ ਨਿੱਜੀ ਸੋਚ ਹੈ। ਕੋਈ ਇਸ ਨਾਲ ਸਹਿਮਤ ਹੁੰਦਾ, ਕੋਈ ਇਸ ਨਾਲ ਸਹਿਮਤ ਨਹੀਂ ਹੁੰਦਾ। ਤੇ ਜਦੋਂ ਅੱਧੀ ਸਦੀ ਦਾ ਸੰਘਰਸ਼ ਕੌਮ ਆਪਣੀ ਜਾਂ ਕੌਮ ਦਾ ਕੋਈ ਅਦਾਰਾ ਜਾਂ ਸਾਂਝੇ ਤੌਰ 'ਤੇ ਸੰਘਰਸ਼ਸ਼ੀਲ ਧਿਰਾਂ ਆਪਸ ਵਿੱਚ ਫੈਸਲਾ ਵੀ ਨਹੀਂ ਕਰ ਪਾਉਂਦੀਆਂ ਕਿ ਬਈ ਅਸੀਂ ਆਪੋ ਆਪਣਾ ਸੰਘਰਸ਼ ਇੱਕ ਫਿਕਸ ਪੈਰਾਮੀਟਰ ਵਿੱਚ ਪੰਥਕ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਿਰਮਾਣਕਾਰੀ ਪੋਜ਼ਿਟਿਵ ਪੈਰਾਮੀਟਰ ਵਿੱਚ ਪੁਣਛਾਣ ਕਰਾ ਲਈਏ ਸਾਰੇ ਸੰਘਰਸ਼ ਦੀ। ਇੰਨੀ ਵੀ ਜੇ ਸਾਡੇ ਵਿੱਚ ਦੀਦਾ ਦਲੇਰੀ ਨਹੀਂ ਹੈ, ਜੇ ਸਾਡੇ 'ਚ ਇੰਨਾ ਵੱਡਾ ਜਿਗਰ ਵੀ ਨਹੀਂ ਹੈਗਾ ਤਾਂ ਫਿਰ ਸਾਨੂੰ ਆਪਣੇ ਆਪ ਹੀ ਸ਼ਰਮਾਉਣੀ ਚਾਹੀਦੀ ਹੈ। ਮੇਰਾ ਮੰਨਣਾ ਬੜਾ ਸਪਸ਼ਟ ਅਤੇ ਸਿੱਧੀ ਜਿਹੀ ਗੱਲ ਮੈਂ ਕਰਦਾ, ਕਿਉਂਕਿ ਬੰਦੇ ਜੀਵਤ ਨੇ। ਹੁਣ ਜਿੰਨੇ ਵੀ ਬੰਦੇ ਜੀਵਤ ਨੇ, ਮੈਂ ਹੈਰਾਨ ਹਾਂ ਉਸ ਚੀਜ਼ 'ਤੇ ਕਿ ਉਨੇ ਹੀ ਬੰਦਿਆਂ ਦੇ ਆਪੋ ਆਪਣੇ ਧੜੇ ਨੇ, ਔਰ ਹਰ ਬੰਦਾ ਸਿਰਫ ਆਪੋ ਆਪਣੇ ਧੜੇ ਦੇ ਲੀਡਰ ਨੂੰ ਹੀ
ਪੰਥਕ ਮੰਨਦਾ, ਦੂਜੇ ਨੂੰ ਗੱਦਾਰ ਮੰਨਦਾ। ਉੱਥੇ ਆ ਕੇ ਇੱਕ ਸਭ ਤੋਂ ਵੱਡੀ ਹੋਰ ਤ੍ਰਾਸਦੀ ਹੈ ਪੈਦਾ ਹੋ ਜਾਂਦੀ ਹੈ ਕਿ ਉਹ ਆਪਾਂ ਆਪਣੇ ਲੀਡਰ ਨੂੰ ਆਪਾਂ ਆਪਣੇ ਧੜੇ ਦੇ ਲੀਡਰ ਨੂੰ ਹੀ ਵਡਿਆਉਂਦਾ। ਫਿਰ ਇੱਥੇ ਵੀ ਇੱਕ ਹੋਰ ਵੱਡੀ ਤ੍ਰਾਸਦੀ ਆ ਜਾਂਦੀ ਹੈ, ਉਹਨਾਂ ਦੇ ਆਪੋ ਆਪਣੇ ਧੜਿਆਂ ਵਿੱਚ ਵੀ ਉਤਾਰ ਚੜਾਅ ਔਰ ਧੜੇ ਨੇ, ਉਹ ਵੀ ਆਪੋ ਆਪਣੀ ਕੰਟਰਾਡਿਕਸ਼ਨ ਵਿੱਚ ਨੇ। ਉਸ ਕੰਟਰਾਡਿਕਸ਼ਨ ਦੇ ਨਾਲ ਨਾਲ ਜਿਹੜੀ ਸਭ ਤੋਂ ਤ੍ਰਾਸਦੀਦਾਇਕ ਪੀੜਾਦਾਇਕ ਗੱਲ ਮੈਂ ਅਨੁਭਵ ਕਰ ਰਿਹਾ, ਦੇਖ ਰਿਹਾ ਪ੍ਰਤੱਖ, ਕਿ ਜੋ ਕੁਛ ਵੀ ਦਾਅਵੇ ਲਿਖਤਬੱਧ ਰੂਪ ਵਿੱਚ ਵੀ ਕੀਤੇ ਜਾਂਦੇ ਨੇ ਆਗੂਆਂ ਵੱਲੋਂ, ਉਹਨਾਂ ਵਿੱਚ ਵੀ 90-95% ਝੂਠ ਹੈ। ਹੁਣ ਅਸੀਂ ਕੀ ਝੂਠ ਪਰੋਸ ਰਹੇ ਹਾਂ? ਕੀ ਅਸੀਂ ਇਸੇ ਝੂਠ ਨੂੰ ਹੀ ਗੋਬੈਲਜੀਅਨ ਨੀਤੀ ਦੇ ਘਾੜੇ ਅਨੁਸਾਰ ਆਉਣ ਵਾਲੀਆਂ ਨਸਲਾਂ ਲਈ ਸੱਚ ਬਣਾਉਣਾ ਚਾਹੁੰਦੇ ਹਾਂ? ਜੇ ਅੱਜ ਦੇ ਇਸ ਵਰਤਮਾਨ ਝੂਠ ਨੂੰ ਆਉਣ ਵਾਲੀਆਂ ਨਸਲਾਂ ਦਾ ਸੱਚ ਬਣਾ ਦਿੱਤਾ ਗਿਆ, ਤੇ ਮੈਂ ਇਸ ਚੀਜ਼ ਵਾਸਤੇ ਬਹੁਤ ਚਿੰਤਤ ਹਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ, ਜਿਵੇਂ ਅਸੀਂ ਆਪਣੇ ਪੁਰਖਿਆਂ ਨੂੰ ਭੰਡਦੇ ਹਾਂ, ਉਹ ਸਾਨੂੰ ਭੰਡਣਗੀਆਂ ਨਹੀਂ, ਉਹ ਸਾਨੂੰ ਗੁਨਾਹਗਾਰ ਸਾਬਤ ਕਰ ਜਾਣਗੀਆਂ, ਕਿਉਂਕਿ ਅਸੀਂ ਆਪਣੀਆਂ ਲਿਖਤਾਂ ਵਿੱਚ ਖੁਦ ਗੁਨਾਹਗਾਰ ਸਾਬਤ ਹੋ ਰਹੇ ਹਾਂ, ਪਰ ਬਹੁਤ ਵੱਡੇ ਗੁਨਾਹਗਾਰ ਸਾਬਤ ਹੋ ਰਹੇ ਹਾਂ। ਕਿਉਂ ਹੋ ਰਹੇ ਹਾਂ? ਕਿਸ ਦੇ ਕਹੇ 'ਤੇ ਹੋ ਰਹੇ ਹਾਂ? ਕੌਣ ਪਿੱਛੋਂ ਘੁੰਡੀ ਘੁੰਮਾ ਰਿਹਾ? ਕਿਹੜੀ ਡੀਪ ਸਟੇਟ ਹੈ? ਕਿਹੜੀ ਹਿਡਨ ਪਾਵਰ ਹੈ? ਕਿਹੜੀ ਸਾਜਿਸ਼ ਅਧੀਨ ਕਠਪੁਤਲੀਆਂ ਦਾ ਡਾਂਸ ਹੋ ਰਿਹਾ? ਉਹ ਪਿੱਛੇ ਕੌਣ ਕਰਾ ਰਿਹਾ? ਇਹ ਸਾਰੀਆਂ ਗੱਲਾਂ ਬੜੀਆਂ ਗੰਭੀਰ ਨੇ। ਮੈਂ ਜਿਹੜਾ ਮੁੱਦਾ ਤੁਸੀਂ ਚੁੱਕਿਆ, ਮੈਂ ਇਸ 'ਤੇ ਤਾਂ ਗੱਲ ਕਰ ਰਿਹਾ। ਜੇ ਤਾਂ ਤੁਸੀਂ 31 ਨੰਬਰ ਵਾਲੀ ਦੁਕਾਨ ਦੇ ਹਿਸਾਬ ਨਾਲ ਸਿੱਖ ਇਤਿਹਾਸ ਵਰਤਮਾਨ ਦੇਖੋਗੇ, ਤਾਂ ਫਿਰ ਤੁਸੀਂ ਸ਼ਰੇਆਮ ਡੀਪ ਸਟੇਟ ਐਂਟੀ ਸਿੱਖ ਅਤੇ ਸਾਜਿਸ਼ੀ ਕਠਪੁਤਲੀਆਂ ਦੇ ਇਤਿਹਾਸ ਅਤੇ ਸਰਗਰਮੀਆਂ ਨੂੰ ਤੁਸੀਂ ਸਿੱਖ ਕੌਮ ਦਾ ਇਤਿਹਾਸ ਬਣਾ ਜਾਓਗੇ। ਜੇ ਤੁਸੀਂ ਧੜੇਬਾਜ਼ੀ ਵਾਲੇ ਇਤਿਹਾਸ ਵਿੱਚ ਜਾ ਕੇ ਪੈ ਜਾਓਗੇ, ਤਾਂ ਫਿਰ ਤੁਸੀਂ ਇਹ ਦੇਖੋਗੇ ਕਿ ਕਿਤੇ ਨਾ ਕਿਤੇ ਸਮੁੱਚੇ ਹੀ ਸੰਘਰਸ਼ ਦਾ ਕਤਲੇਆਮ ਹੋ ਗਿਆ ਸਿੱਖੀ ਅਤੇ ਸਿਧਾਂਤਕ ਪੱਖੋਂ। ਜੇ ਤੁਸੀਂ ਸਿਰਫ ਤੇ ਸਿਰਫ ਇੱਕ ਮੁਖੀ ਰੁਦਰਾਕਸ਼ ਬਣ ਕੇ ਦੇਖਣਾ ਸ਼ੁਰੂ ਕਰ ਦੋਗੇ, ਤੇ ਫਿਰ ਉੱਥੇ ਤੁਹਾਨੂੰ ਸਿਰਫ ਪ੍ਰਕਾਸ਼ ਸਿੰਘ ਬਾਦਲ ਦਿਖੇਗਾ। ਜੇ 2 ਮੁਖੀ ਰੁਦਰਾਕਸ਼ ਬਣ ਜਾਓਗੇ ਤੇ ਬਾਕੀ ਪੰਥਕ ਧਿਰਾਂ ਵੀ ਨਾਲ ਦਿਖ ਜਾਣਗੀਆਂ। ਹੁਣ ਇਸ ਮਾਮਲੇ 'ਚ ਕੀ ਸਾਰਿਆਂ ਦਾ ਅੱਡੋ ਅੱਡ ਸੱਚ ਹੀ ਸਿੱਖ ਕੌਮ ਦੇ ਇਤਿਹਾਸਕ ਸੱਚ ਹੈ? ਇਹ ਫੈਸਲਾ ਕਰਨ ਦੀ ਲੋੜ ਹੈ। ਇਹ ਫੈਸਲਾ ਕੌਣ ਕਰੇਗਾ? ਸਭ ਤੋਂ ਵੱਡੀ ਚੀਜ਼ ਹੈ, ਫੈਸਲਾ ਕੌਣ ਕਰੇਗਾ? ਜਿਵੇਂ ਅੱਜ ਦੀ ਸਰਗਰਮੀ 'ਚ ਕਿਹਾ ਗਿਆ ਕਿ ਬਈ ਇੱਕ ਆਗੂ ਦੀ ਤਸਵੀਰ ਨਾ ਲਈ ਜਾਵੇ ਸਿੱਖ ਅਜਾਇਬ ਘਰ 'ਚ, ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਇਸ ਕਰਕੇ। ਅੱਜ ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਸਾਰਿਆਂ ਦਾ ਆਪੋ ਆਪਣਾ ਸੰਘਰਸ਼ 'ਚ, ਆਪੋ ਆਪਣੀ ਦਿਮਾਗ, ਆਪੋ ਆਪਣੀ ਨੀਤੀ, ਆਪੋ ਆਪਣੀ ਸਰਗਰਮੀ ਦੇ ਹਿਸਾਬ ਨਾਲ ਹਿੱਸੇਦਾਰੀ ਹੈ, ਪਰ ਉਹ ਸਾਰਿਆਂ ਦੀ ਹਿੱਸੇਦਾਰੀ ਨੂੰ
ਅਣਥੱਕ ਹਿੱਤਕਾਰੀ ਹਿੱਸੇਦਾਰੀ ਕਿਸਦੀ ਹੈ, ਕਿੰਨੀ ਕੁ ਹੈ, ਉਸ ਦਾ ਫੈਸਲਾ ਕਰਨ ਦੀ ਹੁਣ ਘੜੀ ਆ ਗਈ ਹੈ। ਜੋ ਚਿੱਠੀ ਅੱਜ ਦਿੱਤੀ ਗਈ ਹੈ ਉਹਦਾ ਇਹੀ ਨਿਰਣਾ ਹੈ ਕਿ ਬਈ ਪੰਥਕ ਇੱਕ ਬੋਰਡ ਬਣਨਾ ਚਾਹੀਦਾ, ਜਿਹੜਾ ਬੋਰਡ ਅੱਧੀ ਸਦੀ ਦੇ ਸਿੱਖ ਇਤਿਹਾਸ ਦੇ ਜਿਹੜੇ ਜੀਵਤ ਵਿਅਕਤੀ ਨੇ ਉਹਨਾਂ ਸਾਰਿਆਂ ਨਾਲ ਅੱਡੋ ਅੱਡ ਵੀ ਮਿਲੇ, ਅੱਡੋ ਅੱਡ ਮਿਲ ਕੇ ਉਹਨਾਂ ਦੀ ਪੁਣਛਾਣ ਕਰ ਲਏ, ਪੁਣਛਾਣ ਕਰਨ ਤੋਂ ਬਾਅਦ ਇੱਕ ਰਿਜ਼ਲਟ ਕੱਢ ਲਏ, ਰਿਜ਼ਲਟ ਕੱਢਣ ਤੋਂ ਬਾਅਦ ਉਹਨਾਂ ਸਾਰਿਆਂ ਦਾ ਸਾਂਝਾ ਇਕੱਠ ਸੱਦ ਲਏ ਅਤੇ ਉਹਦੇ 'ਚ ਕਹੇ ਕਿ ਵੀ ਤੁਹਾਡੇ ਬਾਰੇ 'ਚ ਫਲਾਣੇ ਨੇ ਐਂ ਕਿਹਾ, ਤੁਹਾਡੇ ਬਾਰੇ 'ਚ ਫਲਾਣੇ ਨੇ ਐਂ ਕਿਹਾ, ਜੋ ਜੋ ਜਿਹਨੇ ਜਿਹਦੇ ਬਾਰੇ 'ਚ ਕਿਹਾ ਉਹਦੇ ਤੱਥ ਅਤੇ ਸਬੂਤ ਹੁਣ ਪੰਥ ਸਾਹਮਣੇ ਰੱਖੋ। ਨਤਾਰਾ ਤਾਂ ਹੀ ਹੋਏਗਾ ਨਾ ਜੀ, ਮੇਰੇ ਕਹਿਣ ਨਾਲ ਨਤਾਰਾ ਨਹੀਂ ਹੋ ਜਾਣਾ ਕਿ ਸਰਦਾਰ ਚਰਨਜੀਤ ਸਿੰਘ ਜੀ ਗੱਦਾਰ ਨੇ, ਅਤੇ ਸਰਦਾਰ ਚਰਨਜੀਤ ਸਿੰਘ ਜੀ ਦੇ ਕਹਿਣ ਨਾਲ ਨਤਾਰਾ ਨਹੀਂ ਹੋ ਜਾਣਾ ਕਿ ਅਤਿੰਦਰਪਾਲ ਸਿੰਘ ਗੱਦਾਰ ਹੈ। ਆਖਿਰ ਉਹਨਾਂ ਦੇ ਤੱਥ ਅਤੇ ਸਬੂਤ ਰੱਖਣੇ ਪੈਣੇ ਨੇ। ਹੁਣ ਤੱਥ ਅਤੇ ਸਬੂਤ ਇਹ ਵੀ ਨਹੀਂ ਹੋ ਸਕਦੇ ਕਿ ਜਿਹੜੇ ਸਰਦਾਰ ਚਰਨਜੀਤ ਸਿੰਘ ਜੀ ਦੇ ਧੜੇ ਦੇ ਵਿਅਕਤੀ ਨੇ ਉਹਨਾਂ ਨੇ ਤਾਂ ਸਰਦਾਰ ਚਰਨਜੀਤ ਸਿੰਘ ਵਾਲੀ ਹੀ ਗੱਲ ਕਰਨੀ ਹੈ, ਅਤੇ ਜਿਹੜੇ ਅਤਿੰਦਰਪਾਲ ਸਿੰਘ ਦੇ ਧੜੇ ਦੇ ਵਿਅਕਤੀ ਨੇ ਉਹਨਾਂ ਨੇ ਉਹਦੇ ਹਿਸਾਬ ਨਾਲ ਗੱਲ ਕਰਨੀ ਹੈ। ਅਤੇ ਉਹਨਾਂ ਉਹਨਾਂ ਧੜਿਆਂ ਦੇ ਪ੍ਰਮੁੱਖ ਰਹੇ ਜਾਂ ਸ਼ਹੀਦ ਹੋਏ ਵਿਅਕਤੀਆਂ ਦੇ ਡਾਕੂਮੈਂਟ ਦੇ ਕੇ ਨਹੀਂ ਅਸੀਂ ਕਹਿ ਸਕਦੇ ਕਿ ਬਈ ਆਹ ਗਲਤ ਸੀ ਅਤੇ ਆਹ ਸਹੀ ਸੀ। ਆਖਿਰ ਸੱਚਾਈ ਤੱਕ ਪਹੁੰਚਣ ਲਈ ਤੁਹਾਨੂੰ ਪੁਣਛਾਣ ਕਰਨੀ ਪੈਣੀ ਹੈ ਪੂਰੇ ਸੰਘਰਸ਼ ਦੀ, ਅਤੇ ਪੂਰੇ ਸੰਘਰਸ਼ ਦੀ ਪੁਣਛਾਣ ਕਰਨ ਵਾਸਤੇ ਪੰਥਕ ਧਿਰਾਂ ਨੂੰ ਸਾਂਝੇ ਤੌਰ 'ਤੇ ਨਿਰਲੇਪ ਅਤੇ ਨਿਰਪੱਖ ਵਿਅਕਤੀਆਂ ਦਾ ਇੱਕ ਬੋਰਡ ਬਣਾਉਣਾ ਚਾਹੀਦਾ। ਮੈਂ ਤੁਹਾਨੂੰ ਇੱਕ ਤਕਲੀਫ ਦੇ ਗੱਲ ਹੋਰ ਦੱਸਦਾ, ਜਿਹੜੇ ਵਿਅਕਤੀਆਂ ਨੇ ਸਿੱਖ ਸੰਘਰਸ਼ ਧੜਾ ਨਹੀਂ ਬਣਾਇਆ, ਜਿਹੜੇ ਵਿਅਕਤੀ ਸਿੱਖ ਸੰਘਰਸ਼ ਅਤੇ ਸੰਸਥਾਵਾਂ ਦੇ ਨਿਯਮਾਂ ਮਰਿਆਦਾਵਾਂ ਸੰਵਿਧਾਨ ਅਤੇ ਸਿੱਖੀ ਸੰਕਲਪ ਅਨੁਸਾਰ ਤੁਰੇ ਉਹਨਾਂ ਨੂੰ ਤੇ ਸਾਰੇ ਧੜੇਬਾਜ਼ਾਂ ਨੇ ਦੁੱਧ ਚੋਂ ਮੱਖੀ ਆਕਣ ਚੁੱਕ ਕੇ ਐਂ ਬਾਹਰ ਮਾਰਿਆ, ਉਹਨਾਂ ਨੂੰ ਤੇ ਗਿਣਤੀ 'ਚ ਹੀ ਨਹੀਂ ਲੈਂਦੇ। ਮੈਂ ਤੁਹਾਨੂੰ ਐਗਜਾਂਪਲ ਦੇ ਦਿੰਦਾ, ਜਿਸ ਵੇਲੇ 11 ਮੈਂਬਰ ਪਾਰਲੀਮੈਂਟ ਚੁਣੇ ਜਾਣ ਦੀ ਗੱਲ ਹੁੰਦੀ ਹੈ ਉਸ ਵੇਲੇ ਸਾਰੇ ਧੜੇਬਾਜ਼ ਆਪਣੇ ਧੜੇ ਦੀਆਂ ਸਿਰਫ 2 ਮੈਂਬਰ ਪਾਰਲੀਮੈਂਟ ਦੀ ਗੱਲ ਕਰਦੇ ਨੇ, ਸਿਮਰਨਜੀਤ ਸਿੰਘ ਮਾਨ ਅਤੇ ਧਿਆਨ ਸਿੰਘ ਮਾਂਡ, ਬਾਕੀ ਸਾਰੇ ਗਾਇਬ ਨੇ। ਦੂਜਾ ਧੜਾ ਗੱਲ ਕਰਦਾ ਅਤੇ ਉਹ ਆਪਣੇ ਧੜੇ ਦੀ 1-2 ਮੈਂਬਰਾਂ ਦੀ ਗੱਲ ਕਰ ਲੈਂਦਾ, ਬਾਕੀ ਸਾਰੇ ਗਾਇਬ ਨੇ। ਅਤੇ ਇਸ ਢੰਗ ਨਾਲ ਤਾਂ ਨਹੀਂ ਨਾ ਗੱਲਾਂ ਹੋ ਸਕਦੀਆਂ, ਕਿਤੇ ਵੀ ਨਹੀਂ ਹੋ ਸਕਦੀਆਂ। ਅਤੇ ਮੇਰੀ ਇਹ ਇੱਕ ਗੁਜ਼ਾਰਿਸ਼ ਹੈ ਤੁਹਾਡੀ ਅੱਜ ਦੀ ਇਸ ਬੇਨਤੀ ਨਾਮਾ ਹੀ ਅਸੀਂ ਤਾਂ ਕਹਾਂਗੇ, ਅਸੀਂ ਪੰਥ ਅੱਗੇ ਧਰ ਰਹੇ ਹਾਂ ਕਿ ਇੱਕ ਸਮੁੱਚੇ ਸੰਘਰਸ਼ ਦੀ ਪੁਣਛਾਣ ਕਰਨ ਲਈ ਬੋਰਡ ਬਣਾਇਆ ਜਾਏ। ਪਹਿਲੀ ਚੀਜ਼, ਜਿਹੜਾ ਸਿੱਖ ਕੌਮ ਅੱਗੇ ਇੱਕ ਸਹੀ ਪਰਿਪੇਖ ਵਿੱਚ ਵਰਤਮਾਨ ਸਿੱਖ ਹਿਸਟਰੀ ਨੂੰ ਪੇਸ਼ ਕਰੇ, ਜਿਹਦੇ ਗਲਤ ਕੰਮ ਨੇ ਉਹ ਗਲਤ ਕਹੇ, ਜਿਹਦੇ ਸਹੀ ਕੰਮ ਨੇ ਉਹ ਸਹੀ ਕਹੇ, ਜਿਹਦੇ ਪੰਥ ਦੇ ਨਿਰਮਾਣਕਾਰੀ ਕੰਮ ਨੇ ਉਹਨਾਂ ਨੂੰ ਪੰਥ ਦਾ ਨਿਰਮਾਣਕਾਰੀ ਕੰਮ ਕਹੇ, ਜਿਹੜੇ ਭਰਾ ਮਾਰੂ ਜੰਗ ਆ ਉਹਦਾ ਵੀ ਉਹ ਨਕਾਰਾ ਕਰੇ, ਬਈ ਆ ਭਰਾ ਮਾਰੂ ਜੰਗ ਇੱਥੋਂ ਸਾਬਤ ਹੋਈ, ਜਿਹੜਾ ਕਿਸੇ ਦੂਸਰਿਆਂ ਦੇ ਹੱਥ ਠੋਕੇ ਬਣ ਕੇ ਕੰਮ ਕਰਦੇ ਰਹੇ ਉਹ ਵੀ ਨਾਲ ਤੈਅ ਕਰ ਲਿਆ ਜਾਏ ਕਿ ਬਈ ਆ ਉਹਨਾਂ ਦੇ ਰਹੇ ਜੀਵਨ ਕਾਲ ਵਿੱਚ ਹੀ ਕਰ ਲਿਆ ਜਾਏ ਔਰ ਇੱਕ ਨਿਰਪੱਖ ਬੋਰਡ ਬਣਾ ਲਿਆ ਜਾਏ। ਦੂਸਰੀ ਚੀਜ਼,
ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹੁੰਦਾ, ਜਿਹੜਾ ਤੁਹਾਡਾ ਮੁੱਖ ਸਵਾਲ ਹੈ ਕਿ ਬਈ ਕਿਹਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਲੱਗੇ ਅਤੇ ਕਿਹਦੀ ਫੋਟੋ ਨਾ ਲੱਗੇ। ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਮਾਮਲੇ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਗਿਆ, ਘਾਣ ਕੀਤਾ ਗਿਆ, ਸਿੱਖ ਸੰਘਰਸ਼ ਨੂੰ ਵਿਗਾੜਿਆ ਗਿਆ ਅਤੇ ਧੜੇਬਾਜ਼ੀ ਨੂੰ ਪੈਦਾ ਕੀਤਾ ਗਿਆ, ਅਤੇ ਇਸ ਵਿੱਚ ਵੀ ਧੜੇਬਾਜ਼ ਲੋਕਾਂ ਨੇ ਆਪੋ ਆਪਣੇ ਸਵਾਰਥਾਂ ਨੂੰ ਹਰੇ ਪੱਠੇ ਪਾਉਣ ਲਈ ਸਿੱਖ ਅਜਾਇਬ ਘਰ ਨੂੰ ਵਰਤਿਆ, ਉਹਦਾ ਸ਼ੋਸ਼ਣ ਕੀਤਾ। ਮੈਨੂੰ ਕਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਇੱਥੇ ਵੀ ਸਿੱਖ ਵਿਦਵਾਨਾਂ ਦਾ ਇੱਕ ਬੋਰਡ ਬਣਨਾ ਚਾਹੀਦਾ, ਉਹ ਬੋਰਡ ਸਿੱਖ ਅਜਾਇਬ ਘਰ ਵਿੱਚ ਕਿਹਦੀ ਫੋਟੋ ਕਿਸ ਹਿਸਾਬ ਨਾਲ ਕਿਸ ਮਿਆਰ ਵਿੱਚ ਕਿਹੜੇ ਸਿਧਾਂਤਾਂ 'ਤੇ ਪੂਰਾ ਉਤਰਨ ਅਤੇ ਕਿਹੜੇ ਸੰਕਲਪਾਂ 'ਤੇ ਸੰਘਰਸ਼ ਕਰਨ ਵਾਲਿਆਂ ਦੀ ਲੱਗੇਗੀ, ਇਹਦਾ ਇੱਕ ਲਿਖਤਬੱਧ ਮਰਿਆਦਾ ਜਾਂ ਪ੍ਰੋਟੋਕੋਲ ਤੈਅ ਕੀਤਾ ਜਾਣਾ ਚਾਹੀਦਾ। ਮੇਰੀ ਸੋਚ ਦੇ ਮੁਤਾਬਕ ਹਰ ਜਣਾ ਖਣਾ ਉੱਠਦਾ ਕਹਿ ਦਿੰਦਾ ਜੀ ਸਿੱਖ ਅਜਾਇਬ ਘਰ 'ਚ ਸਾਡੀ ਫੋਟੋ ਲੱਗਣੀ ਚਾਹੀਦੀ ਹੈ। ਮੈਂ ਕਿਸੇ ਦਾ ਨਾਂ ਨਹੀਂ ਲਾਂਗਾ, ਸਾਡੇ ਪਰ ਸ਼ਹੀਦ ਦੀ ਉਹਨਾਂ ਫੋਟੋ ਨਾ, ਨਹੀਂ ਜੀ ਮੈਂ ਤਾਂ ਇੱਥੋਂ ਤੱਕ ਵੀ ਸਾਡੇ ਸ਼ਹੀਦ ਦੇ ਵੀ ਕਹਿਣਾ ਗਲਤ ਆ। ਮੈਂ ਸਾਡੇ ਸ਼ਹੀਦਾਂ ਵਿੱਚੋਂ ਵੀ ਕਈਆਂ ਨੂੰ ਸਿੱਖ ਕੌਮ ਦੇ ਪੈਰਾਮੀਟਰ ਦੇ ਹਿਸਾਬ ਨਾਲ ਸ਼ਹੀਦ ਨਹੀਂ ਮੰਨਿਆ ਜਾ ਸਕਦਾ। ਬੁਰਾ ਨਾ ਬਣਾਇਆ ਜੇ ਹੁਣ ਮੇਰੀਆਂ ਗੱਲਾਂ ਦਾ, ਮੈਂ ਵਰਤਮਾਨ ਸੰਘਰਸ਼ ਵਿੱਚੋਂ ਕਿਸੇ ਦਾ ਨਾਂ ਲਏ ਬਗੈਰ ਕਹਾਂਗਾ ਗੱਲ ਕਿ ਕੋਈ ਕਲੀਨ ਸ਼ੇਵਨ ਵਿਅਕਤੀ ਸਿੱਖ ਅਜਾਇਬ ਘਰ ਵਿੱਚ ਭਾਈ ਤਾਰੂ ਸਿੰਘ ਜੀ ਨਾਲ ਸ਼ੋਭਦਾ ਸ਼ਹੀਦ ਬਣਦਾ ਹੋਇਆ, ਇੱਕ ਸਵਾਲ ਹੈ। ਮੈਂ ਨਹੀਂ ਕਹਿ ਰਿਹਾ ਕਿ ਇੱਕ ਪਾਸੇ ਭਾਈ ਤਾਰੂ ਸਿੰਘ ਜੀ ਦੀ ਫੋਟੋ ਲੱਗੀ ਹੋਏ ਕਿ ਕੇਸਾਂ ਕੇਸ ਨਾਲ ਵਾਂਗ ਕਰਕੇ ਉਹਨਾਂ ਨੇ ਖੋਪੜ ਲਵਾ ਲਿਆ ਆਪਣਾ, ਅਤੇ ਦੂਜੇ ਪਾਸੇ ਇੱਕ ਕਲੀਨ ਸ਼ੇਵਨ ਨੂੰ ਅਸੀਂ ਕਹੀਏ ਕਿ ਆ ਸਿੱਖ ਸ਼ਹੀਦ ਆ, ਮਹਾਨ ਸ਼ਹੀਦ ਆ, ਉੱਥੇ ਤੇ ਫਿਰ ਜਾਂ ਤਾਂ ਭਾਈ ਤਾਰੂ ਸਿੰਘ ਜੀ ਦਾ ਖੰਡਨ ਹੋ ਗਿਆ। ਬੜੀ ਸਿੱਧੀ ਜੀ ਗੱਲ ਆ, ਸਾਰਾ ਸਿੱਖ ਸੰਘਰਸ਼ ਖੂਹ ਖਾਤੇ 'ਚ ਪੈ ਗਿਆ। ਹੁਣ ਇੱਕ ਪਾਸੇ ਸਿੱਖ ਮਰਿਆਦਾ ਅਨੁਸਾਰ ਜ਼ਿੰਦਗੀ ਜੀਣ ਵਾਲਿਆਂ ਦੀਆਂ ਫੋਟੋਆਂ ਲੱਗੀਆਂ ਹੋਣ ਅਤੇ ਦੂਜੇ ਪਾਸੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਣ ਜਿਨ੍ਹਾਂ ਨੂੰ ਗੋਲੀ ਵੱਜਣ ਤੋਂ ਬਾਅਦ ਉਹਨਾਂ ਦੇ ਡੱਬ ਵਿੱਚੋਂ ਕੀੜੀਆਂ ਵੀ ਨਿਕਲੀਆਂ ਹੋਣ, ਅਫੀਮ ਵੀ ਨਿਕਲੀ ਹੋਏ, ਤੇ ਫਿਰ ਅਸੀਂ ਕਹੀਏ ਆਹ ਵੀ ਸਿੱਖ ਸ਼ਹੀਦ ਨੇ। ਰਿਕਾਰਡ ਤਾਂ ਉੱਥੇ ਮੇਨਟੇਨ ਹੈ ਨਾ ਜੀ, ਮੈਂ ਸਿਰਫ ਸਰਕਾਰੀ ਰਿਕਾਰਡ ਦੀ ਗੱਲ ਨਹੀਂ ਕਰ ਰਿਹਾ, ਅਸੀਂ ਖੁਦ ਜੀਵਤ ਹਾਂ, ਅਸੀਂ ਇਹਨਾਂ ਚੀਜ਼ਾਂ ਦੇ ਗਵਾਹ ਕਈ ਮਾਮਲਿਆਂ 'ਚ, ਅਤੇ ਅਜਿਹੀਆਂ ਸਾਰੇ ਸਿੱਖਾਂ ਨੂੰ ਸੱਚ ਬੋਲਣ ਦਾ ਜਿਗਰਾ ਹੁਣ ਦਿਖਾਉਣਾ ਚਾਹੀਦਾ। ਜੇ ਸਿੱਖ ਹੋ ਤਾਂ ਆਪਣਾ ਜਿਗਰਾ ਵੀ ਦਿਖਾਓ ਕਿ ਤੁਹਾਡੇ ਕੋਲ ਸਿੱਖਾਂ ਵਾਲਾ ਅਤੇ ਸਿੰਘਾਂ ਵਾਲਾ ਜਿਗਰਾ ਹੈ, ਧੜੇਬਾਜ਼ੀ ਤੋਂ ਬਾਹਰ ਨਿਕਲੋ। ਅਤੇ ਇਸ ਲਈ ਮੇਰੀ ਬੇਨਤੀ ਹੈ ਜੇ ਕਿ ਸਿੱਖ ਅਜਾਇਬ ਘਰ ਵਿੱਚ ਕਿਹਦੀ ਤਸਵੀਰ ਲੱਗਣੀ ਹੈ ਅਤੇ ਕਿਹਦੀ ਤਸਵੀਰ ਨਹੀਂ ਲੱਗਣੀ, ਸਿੱਖ ਸਿਧਾਂਤ, ਸਿੱਖ ਸੰਕਲਪ, ਸਿੱਖ ਮਰਿਆਦਾ ਅਤੇ ਸਿੱਖ ਸੰਘਰਸ਼ ਦੀਆਂ ਪੈੜਾਂ ਅਨੁਸਾਰ ਇੱਕ ਸੰਵਿਧਾਨ ਜਾਂ ਵਿਧਾਨ ਬਣਨਾ ਚਾਹੀਦਾ, ਇੱਕ ਪ੍ਰੋਟੋਕੋਲ ਬਣਨਾ ਚਾਹੀਦਾ, ਉਹਦੇ ਅੱਗੇ ਟਿੱਕ ਲੱਗ ਕੇ ਹੀ ਹਰ ਇੱਕ ਦਾ ਜੀਵਨ
ਮਿਆਰ ਤੈਅ ਕੀਤਾ ਜਾਏ ਕਿ ਬਈ ਇਹ ਅਜਾਇਬ ਘਰ ਵਿੱਚ ਇਹਦੀ ਫੋਟੋ ਲੱਗਣ ਜੋਗਾ ਦਾ ਜੀਵਨ ਮਿਆਰ ਹੈ ਕਿ ਨਹੀਂ ਹੈ। ਔਰ ਜੇ ਉਹ ਅਜਾਇਬ ਘਰ ਵਿੱਚ ਫੋਟੋ ਲੱਗਣ ਜੋਗਾ ਜੀਵਨ ਮਿਆਰ ਹੈ ਤਾਂ ਬਿਨਾਂ ਕਿਸੇ ਦੀ ਸਿਫਾਰਿਸ਼ ਤੋਂ ਉਹਦੀ ਫੋਟੋ ਉੱਥੇ ਲੱਗਣੀ ਚਾਹੀਦੀ ਹੈ। ਔਰ ਜੇ ਮਿਆਰ ਅਨੁਸਾਰ ਉਹਦਾ ਜੀਵਨ ਆਚਰਣ ਅਤੇ ਕਿਰਦਾਰ ਨਹੀਂ ਹੈ ਤਾਂ ਫਿਰ ਸਿਫਾਰਿਸ਼ਾਂ 'ਤੇ ਵੀ ਉਹਦੀ ਫੋਟੋ ਨਹੀਂ ਲੱਗਣੀ ਚਾਹੀਦੀ। ਹੁਣ ਕੀ ਕੱਲ੍ਹ ਨੂੰ ਤੁਸੀਂ, ਮੈਂ ਹੁਣ ਤਿੰਨ ਨਾਂ ਲੈਣਾ ਚਾਹੁੰਦਾ ਸਿਰਫ ਐਗਜਾਮਪਲ ਦੇਣ ਲਈ, ਵਿਰੋਧ ਵਿੱਚ ਨਹੀਂ ਤੇ ਪੱਖ ਵਿੱਚ ਵੀ ਨਹੀਂ, ਮਤਲਬ ਮੇਰੀ ਇਸ ਚੀਜ਼ ਦਾ ਬੁਰਾ ਨਾ ਮਨਾਇਆ ਸਾਰੇ ਦਰਸ਼ਕ। ਕੱਲ ਨੂੰ ਹੁਣ ਕੀ ਧੜੇਬਾਜ਼ੀ ਵਿੱਚ ਜਿਹੜੇ ਪ੍ਰਬਲ ਹੋ ਜਾਣਗੇ ਤੇ ਉਹ ਕਹਿਣਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖ ਅਜਾਇਬ ਘਰ ਵਿੱਚ ਫੋਟੋ ਲੱਗਣੀ ਚਾਹੀਦੀ ਹੈ ਤੇ ਅਸੀਂ ਕੀ ਧੜੇਬਾਜ਼ੀ ਦੇ ਹਿਸਾਬ ਨਾਲ ਤਾਂ ਲਾ ਦਾਂਗੇ, ਪੈਰਾਮੀਟਰ ਦੇ ਹਿਸਾਬ ਨਾਲ ਕੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ। ਉਹ ਪੈਰਾਮੀਟਰ ਤੇ ਸਾਰਿਆਂ 'ਤੇ ਇੱਕੋ ਜਿਹੇ ਲਾਗੂ ਹੋਣੇ ਚਾਹੀਦੇ ਨੇ। ਹੁਣ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚ ਭਾਈ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਯਾਦਗਾਰ ਬਣਾ ਲਈ ਗਈ, ਬੁਰਾ ਨਾ ਮਨਾਇਆ ਜੇ ਮੇਰੀ ਗੱਲ ਦਾ, ਹੁਣ ਉੱਥੇ ਜੇ ਇੱਕ ਧੜਾ ਖੜਾ ਸੀ ਕਿਉਂਕਿ ਇੱਕ ਸੰਤ ਹੋ ਗਿਆ ਟਕਸਾਲ ਦਾ, ਦੂਜਾ ਵੀ ਸੰਤ ਹੋ ਗਿਆ ਟਕਸਾਲ ਦਾ, ਦੋ ਧੜੇ ਬਣ ਗਏ ਅਤੇ ਬਾਬਾ ਕਰਤਾਰ ਸਿੰਘ ਧੜਾ ਖੜਾ ਹੋ ਗਿਆ ਕਿ ਤਾਂ ਲੱਗਣ ਦਾਂਗੇ ਬਾਬਾ ਜਰਨੈਲ ਸਿੰਘ ਦਾ ਨਾਂ ਜੇ ਨਾਲ ਭਾਈ ਅਮਰੀਕ ਸਿੰਘ ਦਾ ਨਾਂ ਲੱਗੇਗਾ। ਹੋਇਆ ਨਾ ਇਹ ਚੀਜ਼, ਅਸੀਂ ਅੰਧਾਈ ਹੈ ਨਾ ਆਪਣੇ ਪਿੰਡੇ 'ਤੇ ਖੜ ਗਏ, ਜਿਸ ਕਰਕੇ ਬਣਿਆ ਹੋਇਆ, ਮੈਂ ਸੱਚਾਈ ਦੱਸ ਰਿਹਾ ਤੁਹਾਨੂੰ, ਬਣਿਆ ਹੋਇਆ ਲਿਖਵਾਇਆ ਹੋਇਆ ਪੱਥਰ ਦੁਬਾਰਾ ਚੇਂਜ ਕੀਤਾ ਗਿਆ। ਹੁਣ ਜੋ ਉਹਦਾ ਧੜਾ ਸੀ ਤਾਂ ਹੋ ਗਿਆ ਨਾ, ਹੁਣ ਬੀਬੀ ਉਪਕਾਰ ਕੌਰ ਦਾ ਕੋਈ ਧੜਾ ਨਹੀਂ ਸੀ, ਫੈਡਰੇਸ਼ਨ ਸੀ ਸਿਰਫ, ਉਹ ਧੜੇਬਾਜ਼ੀ ਤੋਂ ਬਾਹਰ ਸੀ, ਜੀਵਨ ਆਚਰਣੀ 'ਚ ਪੂਰੀ ਸੀ, ਸੰਘਰਸ਼ 'ਚ ਪੂਰੀ ਸੀ, ਸ਼ਹੀਦ ਉਹ ਵੀ ਪੂਰੀ ਹੋਈ, ਹੁਣ ਉਹਦਾ ਧੜਾ ਕੋਈ ਨਹੀਂ ਹੈਗਾ। ਸਾਡੇ ਵਰਗੇ ਬੰਦੇ ਉਹਦਾ ਨਾਂ ਲੈਂਦੇ ਨੇ ਜਿਹੜੇ SGPC ਦੇ ਮੈਂਬਰ ਬਣ ਗਏ, ਜਨਰਲ ਸਕੱਤਰ ਬਣ ਗਏ ਫੈਡਰੇਸ਼ਨ ਦੇ, ਅੱਜ ਜਿਨ੍ਹਾਂ ਨੇ ਜਾ ਕੇ ਫੈਡਰੇਸ਼ਨ ਦੇ ਨਾਂ 'ਤੇ ਚਿੱਠੀਆਂ ਵੀ ਦੇ ਦਿੱਤੀਆਂ, ਕਿਸੇ ਨੇ ਨਹੀਂ ਕਿਹਾ ਕਿ ਬੀਬੀ ਉਪਕਾਰ ਕੌਰ ਦਾ ਵੀ ਨਾਂ ਉਸ ਗੈਲਰੀ ਦੇ ਉੱਤੇ ਬਾਹਰ ਲਿਖਿਆ ਹੋਣਾ ਚਾਹੀਦਾ। ਅੱਗੇ ਫੈਡਰੇਸ਼ਨ ਦੀ ਗਰਲਸ ਵਿੰਗ ਦੀ ਪ੍ਰਧਾਨ ਸੀ, ਪੂਰੀ ਸੀ ਜੀਵਨ ਆਚਰਣੀ 'ਚ, ਸ਼ਹੀਦੀ ਉਹਨੇ ਵੀ ਦਿੱਤੀ ਹੈ। ਤੇ ਆਹ ਪੈਰਾਮੀਟਰ ਮੈਂ ਸਿਰਫ ਐਗਜਾਮਪਲ ਦੇਣ ਲਈ ਮੈਂ ਤਿੰਨ ਨਾਂ ਲਏ ਨੇ ਤੇ ਚੌਥਾ ਤੁਹਾਨੂੰ ਇਹ ਦੱਸਿਆ ਕਿ ਬਈ ਕੀ ਫਿਰ ਉਹਦਾ ਵੀ ਨਾਂ ਲਿਖਿਆ ਜਾਏਗਾ। ਇਸ ਕਰਕੇ ਪੈਰਾਮੀਟਰ ਡਿਸਾਈਡ ਹੋਣੇ ਚਾਹੀਦੇ ਨੇ, ਉਹਨਾਂ ਪੈਰਾਮੀਟਰਸ ਦੇ ਹਿਸਾਬ ਨਾਲ ਕਿਹਦਾ ਉੱਥੇ ਤਸਵੀਰ ਲੱਗੇਗੀ ਤੇ ਕਿਹਦੀ ਤਸਵੀਰ ਨਹੀਂ ਲੱਗੇਗੀ, ਇਹ ਡਿਸਾਈਡ ਹੋਣਾ ਚਾਹੀਦਾ ਲਿਖਤ ਬੰਦ ਰੂਪ ਵਿੱਚ, ਵੀਰ ਜੀ ਧੜਿਆਂ ਦੇ ਹਿਸਾਬ ਨਾਲ, ਮੰਗਾਂ ਦੇ ਹਿਸਾਬ ਨਾਲ ਨਹੀਂ। ਹਾਂਜੀ, ਤੁਸੀਂ ਬਹੁਤ ਵਧੀਆ ਸੁਝਾਅ ਦਿੱਤਾ, ਪਰ ਸਾਡੀ ਬਦਕਿਸਮਤੀ ਦੇਖੋ, ਅਗਰ ਕੋਈ ਪੈਨਲ ਬਣੇਗਾ ਤੇ ਉਸ ਪੈਨਲ ਤੇ ਵੀ ਇਤਰਾਜ਼ ਹੋਏਗਾ, ਕਿਉਂਕਿ ਅੱਜ ਕੱਲ੍ਹ ਸਾਡੇ ਜਿਹੜੇ ਵਟਸਐਪ ਯੂਨੀਵਰਸਿਟੀ ਤੇ ਸਾਈਬਰ ਕਿੰਗ ਹੈਗੇ ਨੇ, ਸਾਈਬਰ ਸੈੱਲ ਦੇ ਜਿਹੜੇ ਕਿੰਗ ਬਣੇ ਹੋਏ ਨੇ, ਉਹ ਇੱਕ ਪਰਿਭਾਸ਼ਾ ਤੈਅ ਕਰ ਲੈਂਦੇ ਨੇ ਕਿ ਸਾਡੀ ਨਜ਼ਰ ਦੇ ਮੁਤਾਬਕ ਫਲਾਣਾ ਵਿਅਕਤੀ ਅਸਲ ਸ਼ਹੀਦ ਹੈ, ਬਾਕੀ ਕੋਈ ਨਹੀਂ। ਕਈ ਵਾਰਾਂ ਕਈ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸੀਅਤਾਂ ਨੂੰ ਕਿਸੇ ਵਿਅਕਤੀ ਦੇ ਸਿਧਾਂਤ ਦੇ ਉੱਤੇ ਗੱਲ ਕਰਨ ਤੇ, ਕਿਸੇ ਵਿਅਕਤੀ ਬਾਰੇ ਸਿਧਾਂਤਕ ਗੱਲ ਕਰਨ ਤੇ ਵੀ ਇਤਰਾਜ਼ ਹੁੰਦਾ ਸਾਡੇ ਸਾਈਬਰ ਯੋਧਿਆਂ ਨੂੰ। ਸਾਈਬਰ ਯੋਧਿਆਂ ਕਰਕੇ ਹੀ ਇਹ ਸਾਰੇ ਮਸਲੇ ਵਿਗੜਦੇ ਪਏ ਨੇ। ਸਾਨੂੰ
ਜੇ ਤੁਸੀਂ ਜਿਹੜੀ ਤੁਸੀਂ ਸੁਝਾਅ ਦਿੱਤਾ ਹੈ ਕਿ ਲਿਖਤਬੱਧ ਹੋਣਾ ਚਾਹੀਦਾ ਹੈ, ਉਹਦੇ ਵਿੱਚ ਵੀ ਓਬਜੈਕਸ਼ਨ ਲਗਾਉਣ ਵਾਲੇ 50 ਆ ਜਾਣਗੇ, ਕੀ ਕਰਾਂਗੇ? ਨਹੀਂ ਜੀ, ਉਹਦਾ ਹੱਲ ਹੈਗਾ, ਬਹੁਤ ਸਪਸ਼ਟ ਹੱਲ ਆ। ਤੁਸੀਂ ਕਿਹਾ ਕੀ ਕਰਾਂਗੇ, ਪੈਨਲ ਜਿਹੜਾ ਬਣੇ ਉਹ ਪੂਰੇ ਪੰਥ ਤੋਂ ਇੱਕੋ ਵਾਰੀ ਲਏ, ਸਾਰੀਆਂ ਸਲਾਹਾਂ ਲਏ, ਓਪਨ ਸਲਾਹਾਂ ਲਏ, ਉਹਦੀ ਇੱਕ ਪੈਨਲ ਦੀ ਵੈਬਸਾਈਟ ਬਣਾ ਦਿੱਤੀ ਜਾਏ, ਉਸ 'ਤੇ ਓਪਨ ਜਿੰਨੀਆਂ ਸਲਾਹਾਂ ਆ ਰਹੀਆਂ ਨੇ ਸਾਰੀਆਂ ਚਾੜ੍ਹ ਦਿੱਤੀਆਂ ਜਾਣ, ਹਰ ਸਿੱਖ ਨੂੰ ਕਿਹਾ ਜਾਏ ਬਾਅਦ ਕਿ ਵੀ ਬਾਅਦ ਵਿੱਚ ਤੁਸੀਂ ਬੋਲੋਗੇ ਅਸੀਂ ਨਹੀਂ ਜੇ ਮੰਨਣਾ, ਜਿਵੇਂ ਅੱਜ ਕੱਲ੍ਹ ਸਿੱਖ ਰਹਿਤ ਮਰਿਆਦਾ ਨਾਲ ਕਿਹਾ ਜਾਂਦਾ ਕਿ ਜੀ ਉਹ ਇੱਕ ਮੀਟਿੰਗ ਵਿੱਚ ਗਿਆ, ਉਹ ਦੋ ਵਿੱਚ ਗਿਆ, ਉਹ ਚਾਰ ਵਿੱਚ ਗਿਆ, ਮੁੱਦਾ ਇਹ ਨਹੀਂ ਹੁੰਦਾ। ਮੁੱਦਾ ਇਹ ਹੁੰਦਾ ਕਿ ਇੱਕ ਪੈਨਲ ਬਣਿਆ, ਰਾਏ ਦਿੱਤੀ, ਮੈਂ ਜਿਹੜੀ ਇੱਕ ਰਾਏ ਦਿੱਤੀ ਮੈਂ ਇੱਕੋ ਵਾਰੀ ਆਪਣੀ ਕੰਪਲੀਟ ਰਾਏ ਦੇ ਦਿੱਤੀ, ਮੈਨੂੰ ਕੀ ਲੋੜ ਪਈ ਹੈ ਮੈਂ ਫਿਰ ਬਾਰ ਬਾਰ ਉਹਨਾਂ ਮੀਟਿੰਗਾਂ ਹੀ ਜਾਵਾਂ। ਮੈਂ ਤਾਂ ਕਹਿ ਰਿਹਾ ਜੀ ਮੇਰੀ ਮੇਰੀ ਇਹ ਰਾਏ ਹੈਗੀ ਆ, ਠੀਕ ਆ ਨਾ? ਅਤੇ ਮਤਲਬ ਉਹ ਫਿਰ ਇੰਝ ਦੇ ਹੁਣ ਤਰ੍ਹਾਂ ਕੱਢਣ ਵਾਲੇ ਬਥੇਰੇ ਰਹਿੰਦੇ ਨੇ, ਸਿੱਖ ਰਹਿਤ ਮਰਿਆਦਾ ਵਿੱਚ ਵੀ ਬਥੇਰੇ ਆ ਗਏ ਨੇ, ਪਰ ਜਿਸ ਵੇਲੇ ਅੱਜ ਦੇ ਯੁੱਗ ਵਿੱਚ ਤੁਹਾਡੇ ਕੋਲ ਵੈਬਸਾਈਟ ਆ, ਪੂਰਾ ਸੰਸਾਰ ਇੱਕ ਪਿੰਡ ਬਣ ਗਿਆ ਹੈ, ਤੁਸੀਂ ਨੈੱਟ 'ਤੇ ਸਾਰੀ ਚੀਜ਼ ਚਾੜ ਕੇ ਉੱਥੇ ਟਾਈਮ ਬਾਊਂਡ ਕਰਦੇ ਹੋ ਵੀ ਇੰਨੇ ਟਾਈਮ ਵਿੱਚ ਸਾਰੇ ਚੀਜ਼ਾਂ ਦਿਓ, ਫਿਰ ਜਿਹੜੀ ਉਹ ਪੈਨਲ ਆਪਣੇ ਪੈਰਾਮੀਟਰ ਡਿਸਾਈਡ ਕਰੇ ਉਹ ਚਾੜ ਦੇ, ਉਹ ਚਾੜਨ ਤੋਂ ਬਾਅਦ 3 ਮਹੀਨੇ ਦੇ ਦੇ, 6 ਮਹੀਨੇ ਦੇ ਦੇ ਪੰਥ ਨੂੰ ਕਿ ਬਈ ਇੰਨਾ ਇੱਕ ਇੱਕ 'ਤੇ ਆਪਣੀ ਰਾਏ ਦਿਓ, ਉਹ ਪੁੰਨ ਛਾਣ ਫਿਰ ਹੋ ਜਾਏਗੀ, ਪੁੰਨ ਛਾਣ ਹੋਣ ਤੋਂ ਬਾਅਦ ਫਾਈਨਲ ਚਾੜ ਦਿੱਤੀ ਜਾਏ। ਕੀ ਆ ਜੇ ਸਾਲ ਲੱਗ ਜਾਏਗਾ, 2 ਸਾਲ ਲੱਗ ਜਾਣਗੇ, ਇਸ ਕੰਮ ਲਈ 4 ਸਾਲ ਵੀ ਲੱਗ ਜਾਣਗੇ, ਲਾ ਲੈਣੇ ਚਾਹੀਦੇ ਨੇ, ਪਰ ਕੌਮ ਦੇ ਅੱਗੇ ਅਸੀਂ ਇੱਕ ਕੋਈ ਪ੍ਰੋਟੋਕੋਲ ਤਾਂ ਨਿਯਤ ਕਰਕੇ ਦੇ ਜਾਈਏ। ਅਸੀਂ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਹਾਂ, ਹਰ ਬੰਦਾ ਫੇਸਬੁੱਕ ਯੂਨੀਵਰਸਿਟੀ ਦਾ ਚੇਅਰਮੈਨ ਕੀ ਕਹੀਦਾ ਉਹਨੂੰ, ਚਾਂਸਲਰ ਬਣਿਆ ਹੋਇਆ, ਚਾਂਸਲਰ ਬਣਿਆ ਹੋਇਆ, ਵੀਸੀ ਵੀ ਨਹੀਂ ਬਣਿਆ ਹੋਇਆ, ਚਾਂਸਲਰ ਬਣਿਆ ਹੋਇਆ। ਗੱਲ ਤੁਹਾਡੀ ਸਹੀ ਹੈ, ਠੀਕ ਆ ਨਾ ਜੀ? ਤੇ ਫਿਰ ਉਹ ਸਾਰਿਆਂ ਨੂੰ ਮੌਕੇ ਦੇ ਲੈਣੇ ਚਾਹੀਦੇ ਨੇ। ਇਹਦੇ 'ਚ ਇੱਕ ਚੀਜ਼ ਹੋਰ ਵੀ ਆਉਂਦੀ ਹੈ ਕਈ ਵਾਰ, ਵੈਸੇ ਤਾਂ ਮੁੱਦਾ ਭਟਕਦਾ ਪਿਆ ਵਾ, ਲੇਕਿਨ ਮੈਂ ਫਿਰ ਵੀ ਇਹ ਗੱਲ ਜ਼ਰੂਰ ਕਰਨੀ ਚਾਹੁੰਦਾ। ਤੁਸੀਂ ਕੌਮ ਦੀ ਕਿੰਨੀ ਸੇਵਾ ਕੀਤੀ ਹੈ, ਕੋਈ ਇਹ ਨਹੀਂ ਦੇਖੇਗਾ। ਜਦੋਂ ਤੁਹਾਨੂੰ ਮੈਡਲ ਦੇਣਾ ਗਦਾਰੀ ਦਾ, ਉਸ ਵੇਲੇ ਘੜੀ ਵੇਖ ਕੇ 1 ਤੋਂ 1.5 ਮਿੰਟ ਲੱਗਦਾ, ਜਿਹਨਾਂ ਟਾਈਪ ਕਰਨ ਦੇ ਵੀ ਸਮਾਂ ਲੱਗਦਾ ਕਿ ਲਾਹਨਤ ਹੈ ਕੌਮੀ ਗਦਾਰ। ਫੇਸਬੁੱਕ ਦਾ ਚਾਂਸਲਰ ਤੁਹਾਨੂੰ ਖਿਤਾਬ ਦੇ ਕੇ ਖਾਮੋਸ਼ ਹੋ ਜਾਂਦਾ, ਫਿਰ ਜਿਹੜੀ ਟ੍ਰੋਲ ਆਰਮੀ ਹੈ ਉਹ ਥੱਲੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੀ, ਉਹਨੇ ਕਿੰਨੀ ਕੌਮ ਦੀ ਸੇਵਾ ਕੀਤੀ ਹੈ ਉਹ ਨਹੀਂ ਵੇਖਦੇ। ਅਸੀਂ ਇਹ ਥੋੜੇ ਦਿਨ ਪਹਿਲਾਂ ਦਾ ਇੱਕ ਪ੍ਰੋਗਰਾਮ ਦੇਖਦੇ ਹੀ ਪਏ ਹਾਂ, ਤੇ ਇੱਕ ਸਾਬਕਾ ਜੁਝਾਰੂ ਨੂੰ ਕਿਸੇ ਸਿਆਸੀ ਪਾਰਟੀ ਦੀ ਸਟੇਜ ਤੇ ਜਾ ਕੇ ਕੁਛ ਸਪੀਚ ਦਿੱਤੀ ਤੇ ਉਹਨੂੰ ਕੀ ਕੁਛ ਸੁਣਨਾ ਪਿਆ। ਖੈਰ ਮੈਂ ਮੁੱਦੇ ਤੇ ਆਵਾਂ ਵੀਰ ਜੀ, ਇਹ ਕੌਣ ਤੈਅ ਕਰੇਗਾ ਕਿ ਸਿੱਖ ਸੰਘਰਸ਼ ਵਿੱਚ ਗਦਾਰ ਕੌਣ ਸੀ ਤੇ ਕੌਮ ਦੀ ਖਾਤਰ ਜੂਝ ਕੇ ਕੁਰਬਾਨੀ ਕਿੰਨੇ ਦਿੱਤੀ, ਇਹ ਕੌਣ ਤੈਅ ਕਰੇਗਾ? ਆਹ ਕੰਮ ਜਿਹੜੇ ਵਿਦਵਾਨ ਹੁੰਦੇ ਨੇ ਉਹ ਇਹ ਕਹਿੰਦੇ ਨੇ ਜੀ ਇਤਿਹਾਸ ਤੈਅ ਕਰਦਾ ਸਮਾਂ ਉੱਤੇ, ਠੀਕ ਆ, ਪਰ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ। ਮੈਂ ਕਿਉਂ ਨਹੀਂ ਮੰਨਦਾ, ਇਸ ਕਰਕੇ ਕਿ ਮੈਂ 50 ਸਾਲ ਵਿੱਚ ਆਪਣੇ ਜੀਵਨ ਕਾਲ ਵਿੱਚ ਇਤਿਹਾਸ ਲਿਖਿਆ ਵੀ ਹੈ, ਘੜਿਆ ਵੀ ਹੈ, ਬਣਾਇਆ ਵੀ ਹੈ, ਪੜ੍ਹਿਆ ਵੀ ਹੈ, ਹੰਡਾਇਆ ਵੀ ਹੈ, ਔਰ ਪਿੰਡੇ 'ਤੇ ਸਾਰਾ ਕੁਛ ਹੈ। ਇਤਿਹਾਸ ਜਿਹੜਾ ਬਾਅਦ ਵਿੱਚ ਲਿਖਿਆ ਜਾਂਦਾ ਉਹ ਹਮੇਸ਼ਾ ਗਲਤ ਲਿਖਿਆ ਜਾਂਦਾ, ਪ੍ਰਭਾਵਿਤ ਲਿਖਿਆ ਜਾਂਦਾ, ਕਿਸੇ ਨਾ ਕਿਸੇ ਦੇ
ਹਾਕਿਆਂ ਵਿਰੋਧ ਵਿੱਚ ਖੜ ਕੇ ਲਿਖਿਆ ਜਾਂਦਾ ਹੈ। ਮੈਂ ਇਸੇ ਲਈ ਬੇਨਤੀ ਬਾਰ ਬਾਰ ਕਰ ਰਿਹਾ ਕਿ ਸਾਡੇ ਜੀਂਦੇ ਜੀ ਇਹ ਕੰਮ ਕੀਤਾ ਜਾਣਾ ਚਾਹੀਦਾ ਹੈ। ਖੁਦ ਇਤਿਹਾਸ, ਪਹਿਲੀ ਗੱਲ ਤਾਂ ਮੇਰੀ ਇਹ ਬੇਨਤੀ ਹੈ ਸਾਰੇ ਹੀ ਖਾੜਕੂਆਂ ਨੂੰ, ਸਾਰੇ ਖਾੜਕੂ ਸੰਘਰਸ਼ ਵਿੱਚ ਰਹੇ ਵਿਅਕਤੀਆਂ ਨੂੰ, ਸਾਰੇ 50 ਸਾਲਾਂ ਦੇ ਪੋਲੀਟੀਕਲ ਸੰਘਰਸ਼ ਵਿੱਚ ਰਹੇ ਵਿਅਕਤੀਆਂ ਨੂੰ, ਸਾਰੇ 50 ਸਾਲਾਂ ਵਿੱਚ ਲੀਗਲ ਸੰਘਰਸ਼ ਵਿੱਚ ਰਹੇ, ਸਮਾਜਿਕ ਧਾਰਮਿਕ ਸੰਘਰਸ਼ ਵਿੱਚ ਰਹੇ ਹਰ ਇੱਕ ਵਿਅਕਤੀ ਨੂੰ, ਕਿਉਂਕਿ ਇਹ 50 ਸਾਲ ਦਾ ਸਾਡਾ ਟਾਈਮ ਪੀਰੀਅਡ ਆਉਣ ਵਾਲੇ ਜਨਰੇਸ਼ਨ ਵਾਸਤੇ ਬਹੁਤ ਵੱਡਾ ਕੀਮਤੀ ਵੀ ਜੇ, ਸਰਮਾਇਆ ਵੀ ਜੇ ਅਤੇ ਢਾਊ ਵੀ ਹੈ, ਹਰ ਪਾਸੇ ਅਸਰ ਕਰੇਗਾ। ਜੇ ਇਹਨੂੰ ਅਸੀਂ ਨਿਰਪੱਖਤਾ ਨਾਲ ਆਪੋ ਆਪਣੇ ਹੀ ਸੱਚ ਸਾਰੇ ਲਿਖ ਦਾਂਗੇ, ਪਰ ਪੂਰੀ ਨਿਰਪੱਖਤਾ ਨਾਲ ਆਪਣੇ ਪੀੜੇ ਥੱਲੇ ਸੋਟਾ ਫੇਰ ਕੇ ਲਿਖ ਜਾਂਗੇ, ਤੇ ਫੇਰ ਇਹ ਚੀਜ਼ ਸਾਹਮਣੇ ਆਏਗੀ ਕਿ ਬਈ ਵਰਤਮਾਨ ਦਾ ਸੱਚ ਕੀ ਸੀ। ਪਹਿਲੀ ਗੱਲ ਤਾਂ ਇਹ ਸਾਰੇ ਕਰਨ, ਇੰਨਾ ਇੰਨਾ ਵੱਡਾ ਜਿਗਰਾ ਕਰਨ ਆਪਣਾ। ਦੂਸਰੀ ਗੱਲ ਹੈਗੀ ਹੈ ਕਿ ਇੱਕ ਸਾਂਝੀ ਕਮੇਟੀ ਫੇਰ ਕਹਿ ਰਿਹਾ ਬਣੇ, ਜਿਹੜੀ ਸਾਰਿਆਂ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸਾਂਝਾ ਪੱਖ ਤਿਆਰ ਕਰੇ। ਜਿਹੜੇ ਆਰੋਪ ਲੱਗ ਰਹੇ ਨੇ ਬਈ ਆ ਫਲਾਣਾ ਨੇ ਗੱਦਾਰੀ ਕੀਤੀ ਆ, ਫਲਾਣੇ ਨੇ ਭਰਾ ਮਾਰੂ ਜੰਗ ਸ਼ੁਰੂ ਕੀਤੀ ਆ, ਫਲਾਣੇ ਨੇ ਆਹ ਮਾਰ ਦਿੱਤੇ, ਫਲਾਣੇ ਨੇ ਉਹ ਮਰਵਾ ਦਿੱਤੇ, ਇਹ ਸਾਰੇ ਆਪਾਂ ਹੀ ਕਮਰੇ 'ਚ ਬੈਠ ਕੇ, ਬੰਦ ਕਮਰੇ 'ਚ ਬੈਠ ਕੇ ਕੁਛ ਇੱਕ ਸਿਆਣੇ ਬੰਦਿਆਂ ਦੇ ਸਾਹਮਣੇ ਗੱਲਾਂ ਕਰ ਸਕਦੇ ਹਾਂ। ਔਰ ਉੱਥੇ ਜਿਸ ਵੇਲੇ ਗੱਲਾਂ ਕੀਤੀਆਂ ਜਾਣ ਤੇ ਪੰਥ ਦੇ ਵਡੇਰੇ ਹਿੱਤਾਂ 'ਚ ਖੁੱਲ੍ਹੇ ਮਨ ਨਾਲ ਕੀਤੀਆਂ ਜਾਣ, ਔਰ ਉੱਥੇ ਅਰਦਾਸ ਕਰਕੇ ਕੀਤੀਆਂ ਜਾਣ ਕਿ ਬਈ ਇਸ ਕਮਰੇ ਦਾ ਸਾਰਾ ਸੱਚ ਜਿੰਨੇ ਇਸ ਕਮਰੇ 'ਚ ਹੈਗੇ ਆ ਉਹਨਾਂ ਤੱਕ ਹੀ ਰਹੇਗਾ, ਲਿਖਤਬੱਧ ਹੋਏਗਾ, ਤੇ ਲਿਖਤਬੱਧ ਹੋ ਕੇ ਬਿਨਾਂ ਕਿਸੇ ਤੇ ਵੀ ਆਰੋਪ ਲਾਏ ਆ, ਬਿਨਾਂ ਕਿਸੇ ਦਾ ਨਾਂ ਲਿਖੇ ਸੱਚ ਸਾਹਮਣੇ ਲਿਆਂਦਾ ਜਾਏਗਾ ਬਈ ਅਸਲ ਸੱਚ ਹੈ। ਜੇ ਅਸੀਂ ਪੁਣ ਛਾਣ ਕਰ ਲਿਆ, ਸਾਰਿਆਂ ਨੂੰ ਦੇਖ ਲਿਆ ਅਸਲ ਸੱਚ ਹੈ, ਉਹ ਜਿਹੜੇ ਕਮਰੇ ਸਾਰੇ ਵਿਅਕਤੀ ਹੋਣਗੇ, ਜਿਹੜੀ ਕਮੇਟੀ ਆ ਅਸਲ ਸੱਚ ਲਿਖੇ, ਇਹ ਇੱਕ ਸੰਵਿਧਾਨਕ ਡਾਕੂਮੈਂਟ ਹੋਏਗਾ ਜੇ ਸਿੱਖ ਕੌਮ ਦਾ, ਜੇ ਆ ਕਰ ਲਏ ਸਿੱਖ ਕੌਮ, ਉਹ ਫਿਰ ਚਾਹੇ 100 ਬੰਦ ਕਿੰਨੇ ਕੁ ਹੋਣਗੇ ਜੀ। ਦੇਖੋ ਹੁਣ ਅੱਜ ਬਣੇ ਤਾਂ ਸਾਰੇ ਹੀ, ਮਤਲਬ ਇੰਨੇ ਸਾਡੇ ਸੰਘਰਸ਼ ਵਿੱਚ ਵਿਅਕਤੀ ਨਹੀਂ ਸੀ ਹੈਗੇ ਜਿੰਨੇ ਟੰਕੀ ਵਾਲੇ ਮੋਰਚੇ ਦੇ ਦਾਅਵੇ ਹੋ ਗਏ। ਝੂਠਾ ਝੂਠ ਲੱਗਦੀ ਹੈ ਗੱਲ, ਠੀਕ ਆ ਨਾ ਜੀ। ਇੰਨੇ ਤਾਂ ਮੁਕੰਮਲ ਸੰਘਰਸ਼ ਵਿੱਚ ਵਿਅਕਤੀ ਨਹੀਂ ਸੀ ਜਿੰਨੇ ਇੱਕ ਟੰਕੀ ਵਾਲੇ ਮੋਰਚੇ ਦੇ ਦਾਅਵੇਦਾਰ ਨਿਕਲ ਆਏ ਨੇ, ਤੇ ਕਿੰਨੇ ਕੁ ਅਸੀਂ ਵਿਅਕਤੀ ਹਾਂ? ਮਸਾਂ ਗਿਣਤੀ ਕਰਕੇ 100 ਵੀ ਨਹੀਂ ਜੇ ਪੂਰੇ ਹੁੰਦੇ। ਬੁਰਾ ਨਾ ਮਨਾਇਆ ਜੇ ਮੇਰੀ ਗੱਲ ਦਾ, ਅਸਲ ਸੰਘਰਸ਼ ਲੜਨ ਵਾਲਿਆਂ ਵਿੱਚ 100 ਵਿਅਕਤੀ ਵੀ ਨਹੀਂ ਆਉਂਦੇ, ਬਾਕੀ ਤੇ ਸਾਰੇ ਹੇਠਾਂ ਸਿਪਾ ਸਲਾਰ ਨੇ। ਸਿਪਾ ਸਲਾਰ ਦੀ ਸੋਚ ਪੰਥ ਦੀ ਸੋਚ ਨਹੀਂ ਹੋ ਸਕਦੀ, ਉਹ ਆਰਡਰ ਮੰਨਣ ਵਾਲੀ ਹੁੰਦੀ ਆ। ਹਾਲਾਂਕਿ ਸਾਡੇ ਸਿਪਾ ਸਲਾਰ ਵੀ ਇੰਨੇ ਇੰਨੇ ਮੀਰੀ ਵਾਲੇ ਬਣ ਗਏ ਨੇ ਜਰਨੈਲ, ਉਹ ਨਹੀਂ ਵਿਚਾਰੇ ਜਾਣੇ ਚਾਹੀਦੇ। ਜਿੰਨੇ ਵਿਅਕਤੀ ਅਸੀਂ ਸੰਘਰਸ਼ੀਲ ਹਾਂ, ਇੱਕ ਕਮਰੇ 'ਚ ਬਹਾ ਲਓ, ਡਾਕੂਮੈਂਟ ਤਿਆਰ ਕਰ ਲਓ, ਉਸ ਤੋਂ ਬਾਅਦ ਫਾਈਨਲ ਡਾਕੂਮੈਂਟ ਫਿਰ ਉਹਨਾਂ ਨੂੰ ਦਿਖਾਓ, ਪੜ੍ਹਾਓ, ਲਿਖਾਓ, ਫਿਰ ਜਿੱਥੇ ਜਿਹਦੀ ਅਸਹਿਮਤੀ ਨਹੀਂ ਆ ਉਸ ਤੋਂ ਲਓ ਬਈ ਮੈਂ ਇਹਨਾਂ ਵਜ੍ਹਾ ਪੁੱਛੋ, ਔਰ ਉਸ ਵਾਸਤੇ ਪਰੂਫ ਲਓ ਕਿ ਬਈ ਕਿਉਂ ਨਹੀਂ ਹੈਗਾ ਇਸ ਚੀਜ਼ ਨਾਲ ਤੂੰ ਸਹਿਮਤ। ਉਹਦੀ ਅਸਹਿਮਤੀ ਵਿਦ ਪਰੂਫ ਉਹਦੇ ਨਾਲ ਲਾ ਦਿਓ ਡਾਕੂਮੈਂਟ ਨਾਲ, ਅਤੇ ਕਹੋ ਜੀ ਇਸ ਸਾਂਝੇ ਡਾਕੂਮੈਂਟ 'ਤੇ ਸਾਰੇ ਹੁਣ ਆਪਣੇ ਸਾਈਨ ਕਰੋ, ਅਸੀਂ ਪੰਥ ਨੂੰ ਦੇਖ ਕੇ ਜਾਈਏ।
ਕਿਹੜੀ ਔਖੀ ਗੱਲ ਆ, ਇੰਨਾ ਦੀਦਾ ਦਲੇਰੀ ਤਾਂ ਸਾਡੇ ਸਾਰਿਆਂ ਹੀ 'ਚ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸੰਵਾਦ ਸਿਖਾਇਆ ਸੀ, ਬਿਲਕੁਲ ਡਾਇਲਾਗ। ਸਾਡੇ ਕੋਲ ਸਿੱਧ ਗੋਸ਼ਟ ਮੂੰਹ ਬੋਲਦਾ ਮਿਸਾਲ ਹੈ, ਤਕਰਾਰ ਨਹੀਂ ਸੀ ਸਿਖਾਈ। ਤਕਰਾਰ ਨਹੀਂ, ਰੋਸ ਨਾ ਕੀਜੇ ਉੱਤਰ ਦੀਜੇ। ਹਾਂ ਲੇਕਿਨ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੀ ਕੌਮ ਦੇ ਵਿੱਚ ਅੱਜ ਤਕਰਾਰ ਭਾਰੂ ਹੋ ਚੁੱਕੀ ਹੈ। ਸੰਵਾਦ ਬਿਲਕੁਲ ਤੋਂ ਅਸੀਂ ਬਹੁਤ ਪਿੱਛੇ ਚਲੇ ਗਏ ਹਾਂ, ਬਹੁਤ ਪਿੱਛੇ ਸੰਵਾਦ ਚਲੇ ਤੇ ਅਸੀਂ ਕਰ ਹੀ ਨਹੀਂ ਸਕਦੇ। ਟੇਬਲ ਟਾਕ ਦੇ ਉੱਤੇ ਅਸੀਂ ਹਮੇਸ਼ਾ ਮਾਰ ਖਾਂਦੇ ਹਾਂ ਕਿਉਂਕਿ ਅਸੀਂ ਜਜ਼ਬਾਤੀ ਵਹਿਣ ਦੇ ਵਿੱਚ ਵਹਿ ਕੇ ਟੇਬਲ ਟਾਕ ਤੋਂ ਭਟਕ ਜਾਂਦੇ ਹਾਂ, ਮੁੱਦਿਆਂ ਤੋਂ ਭਟਕ ਜਾਂਦੇ ਹਾਂ, ਔਰ ਤਰਕ ਨੂੰ ਸਾਡਾ ਅਸੀਂ ਦੁਸ਼ਮਣ ਸਾਡੀ ਤਕਰਾਰ ਉਸੇ ਵਿੱਚ ਗਲਤੀ ਦਾ। ਤਬਦੀਲ ਕਰ ਤਰਕ ਨੂੰ ਅਸੀਂ ਤਕਰਾਰ ਵਿੱਚ ਤਬਦੀਲ ਕਰ ਦਿੱਤਾ। ਜੀ ਬਿਲਕੁਲ, ਅੱਜ ਬੜਾ ਗੰਭੀਰ ਮੁੱਦਾ ਸੀ, ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ। ਉਮੀਦ ਕਰਦੇ ਹਾਂ ਕਿ ਕੱਲ੍ਹ ਇੱਕ ਨਵਾਂ ਔਰ ਸੰਗਤਾਂ ਨੂੰ ਇੱਕ ਬਹੁਤ ਪਹਿਲਾਂ ਜਾਣਕਾਰੀ ਅਸੀਂ ਮੁਹੱਈਆ ਕਰਾਵਾਂਗੇ, ਜਿਹੜੀ ਜਾਣਕਾਰੀ ਤੁਸੀਂ ਸੰਗਤਾਂ ਨੂੰ ਕੱਲ੍ਹ ਦੱਸੋਗੇ ਉਸਦੇ ਬਾਰੇ ਅਸੀਂ ਉਡੀਕ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।